ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਾਪਰਿਆ ਫਤਿਹ ਵੀਰਵਾਲਾ ਫਿਰ ਕਾਂਡ 80 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਡਿੱਗੀ 1.5 ਸਾਲ ਦੀ ਬੱਚੀ ਬਚਾਅ ਕਾਰਜ ਜਾਰੀ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਖਬਰ ਮੱਧ ਪ੍ਰਦੇਸ਼ ਦੇ ਨਾਗਾਉਂ ਖਟਾਣਾ ਖੇਤਰ ਦੇ ਦੌਣੀ ਪਿੰਡ ਦੇ ਵਿੱਚ ਇੱਕ 1.5 ਸਾਲ ਦੀ ਬੱਚੀ ਖੇਡਦੇ ਸਮੇਂ ਬੂਰਵੈਲ ਦੇ ਵਿੱਚ ਡਿੱਗ ਗਈ ਆ। ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਚੱਲਿਆ ਕਿ ਇਹ ਬੱਚੀ ਕਰੀਬ 15 ਫੁੱਟ ਡੇਠਾਂ ਬੂਰਵੈਲ ਦੇ ਵਿੱਚ ਫਸੀ ਹੋਈ ਆ ਜਦੋਂ ਲੋਕਾਂ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਲੋਕਾਂ ਵੱਲੋਂ ਇਸ ਸੰਬੰਧੀ ਬਚਾਅ ਕਾਰਜ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ ਬਚਾਅ ਕਾਰਜ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਨੇ ਤਸਵੀਰਾਂ ਬਚਾਅ ਕਰਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਜੀ 15 ਫੁੱਟ heightਾਂ ਜਿਹੜੀ ਬੋਰਵੈਲ ਦੇ ਵਿੱਚ ਫਸੀ ਹੋਈ ਆ ਪ੍ਰਸ਼ਾਸਨਿਕ ਅਮਲਾ ਮੌਕੇ ਤੇ ਮੌਜੂਦ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਖੇਤਾਂ 'ਚੋਂ ਕਿਸਾਨ ਰਜੇਸ਼ ਕੁਸ਼वाहा ਦਾ ਘਰ ਬਣਿਆ ਹੋਇਆ ਜਿੱਥੇ ਉਸ ਦੀ ਪਤਨੀ ਤੇ ਉਸ ਦੀ ਇੱਕ ਸਾਲ ਦੀ ਬੇਟੀ ਮੌਜੂਦ ਸਨ ਖੇਡਦੇ ਹੋਏ ਇੱਕ ਸਾਲ ਦੀ ਬੇਟੀ ਉਸ ਦੇ ਬੋਰਵੈਲ ਕੋਲ ਚਲੀ ਗਈ ਜਿਸ ਕਾਰਨ ਉਹ ਖੁੱਲੇ ਬੋਰਵੈਲ ਦੇ ਵਿੱਚ ਡਿੱਗ ਗਈ ਜਦੋਂ ਕਾਫੀ ਲੰਬੇ ਸਮੇਂ ਤੱਕ ਪਰਿਵਾਰ ਨੂੰ ਬੱਚੀ ਬਾਰੇ ਪਤਾ ਨਹੀਂ ਲੱਗਾ ਤਾਂ ਉਹਨਾਂ ਵੱਲੋਂ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਦੋਂ ਮਾਪੇ ਬੱਚੀ ਦੀ ਭਾਲ ਕਰ ਰਹੇ ਸਨ ਤਾਂ ਉਸ ਸਮੇਂ ਬੋਰਵੈਲ ਦੇ ਅੰਦਰੋਂ ਇੱਕ ਬੱਚੀ 1 ਸਾਲ ਦੀ ਬੱਚੀ ਜਿਸ ਦਾ ਨਾਮ ਦਵਿਆੰਸ਼ੀ ਸੀ ਉਸ ਦੇ ਰੋਣ ਦੀ ਆਵਾਜ਼ ਆਉਣ ਲੱਗ ਪਈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਬਚਾਅ ਕਾਰਜਾਂ ਦੀਆਂ ਟੀਮਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੋ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਸੋ ਜਲਦੀ ਹੀ ਜਿਹੜੀ ਰਿਪੋਰਟ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਧੰਨਵਾਦ